ਗੱਲ ਪੰਜਾਬ ਦੀ ਟੀ ਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਗੱਲਾਂ ਖਰੀਆਂ ਖੋਟੀਆਂ। ਗੱਲਾਂ ਖਰੀਆਂ ਖੋਟੀਆਂ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੀ ਜਿਹਨੇ ਸਿੱਖਿਆ ਦੇ ਨਾਂ ਦੇ ਉੱਤੇ, ਵਿਦਿਆਰਥੀ ਵਰਗ ਦੇ ਨਾਂ ਦੇ ਉੱਤੇ ਔਰ ਸਰਕਾਰਾਂ ਔਰ ਯੂਨੀਵਰਸਿਟੀ ਪ੍ਰਬੰਧਨ ਦੇ ਨਾਂ ਦੇ ਉੱਤੇ ਬੜੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਦਿੱਤੇ ਨੇ। ਮੇਰਾ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ। ਗੱਲ ਕਰਨ ਲੱਗਿਆਂ ਸੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ, ਯਾਨੀ ਕਿ JNU। ਤੁਹਾਡੇ ਯਾਦ ਹੋਵੇ ਕਿ JNU ਦਾ ਨਾਂ ਐਮਰਜੈਂਸੀ ਦੇ ਟਾਈਮ ਕਾਫੀ ਮਕਬੂਲ ਹੋਇਆ ਸੀਗਾ, ਜਦੋਂ ਉੱਥੇ ਐਮਰਜੈਂਸੀ ਦੇ ਟਾਈਮ ਅੰਦੋਲਨ ਹੋਏ ਸੀ। ਅਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਵਿਦਿਆਰਥੀਆਂ ਦਾ ਜਿਹੜੇ ਅੰਦੋਲਨ ਸੀ, ਉਹਨਾਂ ਦੀ ਜਿਹੜੇ ਸੰਗਠਨ ਸੀ, ਉਹਦੀ ਇੰਨੀ ਤਾਕਤ ਸੀ ਕਿ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਉਸ ਵੇਲੇ ਇੱਕ ਮੈਮੋਰੰਡਮ ਜਿਹੜਾ ਸੀ ਲੈਣਾ, ਉਹ ਉੱਥੇ ਲਿੱਤਾ ਸੀ। ਇਹਦੇ ਬਾਰੇ ਆਪਾਂ ਜ਼ਿਕਰ ਕਰਾਂਗੇ। ਸਾਡੇ ਨਾਲ ਇਸ ਵੇਲੇ ਇਸ ਚਰਚਾ ਦੇ ਵਿੱਚ ਭਾਗ ਲੈਣ ਦੇ ਲਈ ਮੌਜੂਦ ਨੇ ਉੱਘੇ ਵਿਚਾਰਕ ਬਲਰਾਮ ਜੀ। ਬਲਰਾਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਅਤੇ ਬਲਰਾਮ ਜੀ ਨਾਲ ਅਸੀਂ ਗੱਲ ਕਰਾਂਗੇ ਬਲਰਾਮ ਜੀ ਦੀ ਸਾਹਿਤ ਦੇ ਉੱਤੇ, ਬਲਰਾਮ ਜੀ ਦੀ ਰਾਜਨੀਤੀ ਦੇ ਉੱਤੇ। ਇਹਨਾਂ ਦੀਆਂ ਚਲੰਤ ਮਾਮਲਿਆਂ ਦੇ ਉੱਤੇ ਕਾਫੀ ਪਕੜ ਹੈ ਔਰ ਕਾਫੀ ਇਹਦੇ ਉੱਤੇ ਨਜ਼ਰ ਰੱਖਦੇ ਨੇ। ਬਲਰਾਮ ਜੀ ਤੋਂ ਅਸੀਂ JNU ਦੇ ਵਿੱਚ ਪਿਛਲੇ ਦਿਨੀ ਜਿਹੜਾ ਇਹ ਲੜਾਈ ਝਗੜਾ, ਹਿੰਸਾ ਦੀਆਂ ਘਟਨਾਵਾਂ ਹੋਈਆਂ ਨੇ, ਜਿਹੜੀਆਂ ਬੜੀ ਮੰਦਭਾਗੀ ਘਟਨਾ ਹੋਈ ਹੈ, ਚਾਹੇ ਕਿਸੇ ਵੱਲੋਂ ਹੀ ਕੀਤੀ ਗਈ ਹੋਵੇ, ਚਾਹੇ ਲੈਫਟ ਵੱਲੋਂ ਕੀਤੀ ਗਈ ਹੋਵੇ, ਚਾਹੇ ਰਾਈਟ ਵੱਲੋਂ ਕੀਤੀ ਗਈ ਹੋਵੇ। ਬਲਰਾਮ ਜੀ, ਇੱਕ ਐਜੂਕੇਸ਼ਨ ਦਾ ਇੱਕ ਅਦਾਰਾ, ਸਿੱਖਿਆ ਦਾ ਅਦਾਰਾ ਜੀ, ਜਿੱਥੋਂ ਦੇਸ਼ ਦੀ ਦਾ ਭਵਿੱਖ ਜੀ, ਉਹ ਕਹਿੰਦੇ ਨਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਨੇ, ਬਿਲਕੁਲ, ਫਿਊਚਰ ਆਫ ਡੈਮੋਕ੍ਰੇਸੀ, ਫਿਊਚਰ ਆਫ ਕੰਟਰੀ, ਬਿਲਕੁਲ, ਤਾਂ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ, ਹਿੰਸਾ ਹੋਣੀ, ਮਾਰ ਕਾਟ ਹੋਣੀ, ਕੀ ਇਹ ਜਾਇਜ਼ ਹੈ? ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਇਹਨੂੰ ਜਾਇਜ਼ ਠਹਿਰਾਉਣ ਦਾ ਸਵਾਲ ਹੀ ਨਹੀਂ ਹੈ ਸਰ ਜੀ। ਮਤਲਬ ਇਹ ਜਿੰਨੀ ਮੰਦਭਾਗੀ ਔਰ ਉਦਾਸ ਕਰ ਦੇਣ ਵਾਲੀ ਗੱਲ ਹੈ ਕਿ JNU ਵਰਗੀ ਯੂਨੀਵਰਸਿਟੀ, ਹਾਂਜੀ, ਮੈਂ ਉੱਥੇ 25-30 ਸਾਲ ਤੋਂ ਆਉਂਦਾ ਜਾਣਾ, ਮੇਰਾ ਉੱਥੇ ਰਿਲੇਸ਼ਨ ਉੱਥੇ ਦੇ ਸਟੂਡੈਂਟਸ ਦੇ ਨਾਲ ਵੀ ਰਿਹਾ ਹੈ, ਉੱਥੇ ਦੇ ਲੈਕਚਰਾਰ ਨਾਲ ਵੀ ਰਿਹਾ, ਮੈਂ ਜਾ ਕੇ ਦਿੰਦੇ, ਬਹੁਤ ਤਿੱਖੀਆਂ ਤਿੱਖੀਆਂ ਬਹਿਸਾਂ ਉੱਥੇ ਆਹਮੋ ਸਾਹਮਣੇ ਲੋਕਾਂ ਦੇ ਵਿੱਚ ਮੈਂ ਹੁੰਦੀਆਂ ਦੇਖੀਆਂ। ਰਾਤ ਰਾਤ ਭਰ ਐਂ ਲੱਗਦਾ ਸੀ ਹੁਣੇ ਉੱਠ ਕੇ ਇੱਕ ਦੂਜੇ ਦਾ ਇਹ ਗੱਲ ਫੜ ਲੈਣਗੇ, ਲੇਕਿਨ ਕਦੀ ਇਸ ਤਰੀਕੇ ਨਾਲ ਹੋਇਆ ਨਹੀਂ। ਉਸ ਤੋਂ ਬਾਅਦ ਉੱਠੇ ਬੈਠ ਕੇ ਚਾਹ ਪੀਂਦੇ ਸੀ। ਅੱਛਾ, ਮਤਲਬ ਜੋ ਵੀ ਉਹ ਉਹਨਾਂ ਦਾ ਹੈਗਾ ਉਹ ਤਰੀਕਾ, ਕਹਿੰਦੇ ਕਦੀ ਐਂ ਨਹੀਂ ਹੋਇਆ ਕਿ ਡੰਡੇ ਲੈ ਕੇ ਇੱਕ ਦੂਸਰੇ ਨੂੰ ਹੌਸਲਿਆਂ ਦੇ ਵਿੱਚ, ਮਤਲਬ ਸਿਹਤਮੰਦ ਵਿਚਾਰ ਵਟਾਂਦਰਾ, ਸਿਹਤਮੰਦ ਬਹਿਸ ਜੀ 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 ਜੀ। ਔਰ ਯੂਨੀਵਰਸਿਟੀ ਉਹ ਇੱਕ ਐਸੀ ਯੂਨੀਵਰਸਿਟੀ ਸੀ 25 ਸਾਲ ਪਹਿਲਾਂ ਵੀ, ਜਿੱਥੇ ਮਤਲਬ ਲੜਕੀਆਂ ਦੇ ਹੋਸਟਲ ਜਿਹੜੇ ਨੇ ਬਿਲਕੁਲ ਲੜਕਿਆਂ ਦੇ ਹੋਸਟਲ ਬਿਲਕੁਲ ਆਹਮਣੇ ਸਾਹਮਣੇ ਔਰ ਰਾਤ ਭਰ ਖੁੱਲ੍ਹੇ ਨੇ, ਔਰ ਕਦੀ ਕੋਈ ਇੱਦਾਂ ਦੀ ਇਵੈਂਟ ਨਹੀਂ ਹੋਈ ਵੀ ਕਿਸੇ ਲੜਕੀ ਨੂੰ ਜਿਹੜਾ ਹੈਗਾ ਉਹ ਇਸ ਕਿਸੇ ਦੀ ਪਰਵਾਹ। ਮਤਲਬ ਇੱਕ ਕਲਚਰ ਉਹਨਾਂ ਨੇ ਆਪਣਾ ਇੱਕ ਡਿਵੈਲਪ ਕੀਤਾ, ਉਹਦਾ ਹੁਣ ਇਹ ਹਾਲ ਹੋ ਗਿਆ ਕਿ ਜਦੋਂ ਮੈਂ ਇੱਕ ਹਫ਼ਤਾ ਪਹਿਲਾਂ ਜੀ 5 ਤਰੀਕ ਦੀ ਸ਼ਾਮ ਨੂੰ ਮਤਲਬ ਚੀਖਾਂ ਸੁਣੀਆਂ ਸਕਰੀਨ ਦੇ ਉੱਤੇ, ਔਰ ਹਨੇਰਾ ਔਰ ਮਤਲਬ ਗੇਟ ਦੇ ਬਾਹਰ ਭੀੜ ਇਕੱਠੀ ਹੋਈ ਆ, ਔਰ ਐਂਬੂਲੈਂਸ ਨਹੀਂ ਜਾਣ ਦਿੱਤੀ ਜਾ ਰਹੀ ਜੀ, ਔਰ ਲੈਫਟ ਦੇ ਬੰਦੇ ਸੀ ਜਾਂ ਰਾਈਟ ਦੇ ਬੰਦੇ ਸੀ, ਕੁਐਸਚਨ ਨਹੀਂ ਹੈ, ਸਵਾਲ ਲੈਫਟ ਰਾਈਟ ਦਾ ਨਹੀਂ ਹੈ, ਸਵਾਲ ਰਾਈਟ ਰੋਂਗ ਦਾ, ਰਾਈਟ ਰੋਂਗ ਦਾ। ਬਿਲਕੁਲ, ਤੁਹਾਡੀ ਗੱਲ ਬਹੁਤ ਵਧੀਆ। ਦੇਖੋ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਜੀ। ਦੇਖੋ, ਵਿਦਿਆਰਥੀ ਜੀਵਨ ਅਸੀਂ ਵੀ ਆਪਣਾ ਵੀ ਦੇਖਿਆ, ਯੂਨੀਵਰਸਿਟੀਆਂ ਵੀ ਦੇਖੀਆਂ ਨੇ, ਕਾਲਜ ਵੀ ਦੇਖੇ ਨੇ, ਉਸ ਟਾਈਮ ਲੜਾਈਆਂ ਹੁੰਦੀਆਂ ਸੀ ਜੀ। ਅਸੀਂ ਇਹ ਨਹੀਂ ਕਹਿੰਦੇ ਕਿ ਲੜਾਈਆਂ ਨਹੀਂ ਹੁੰਦੀਆਂ ਸੀ, ਉਦੋਂ ਸਿੱਧਮ ਸਿੱਧੀਆਂ ਲੜਾਈਆਂ ਹੁੰਦੀਆਂ ਸੀ, ਕਦੇ ਇੱਕ ਕਾਲਜ ਦੇ ਵਿਦਿਆਰਥੀਆਂ ਦਾ ਕੋਈ ਪੇਚਾ ਪੈ ਗਿਆ, ਦੂਜੇ ਕਾਲਜ ਜਾ ਕੇ ਹੋ ਗਿਆ ਘਟਨਾਵਾਂ, ਉਦੋਂ ਇੱਕ ਤਾਂ ਐਕਸਪੋਜ਼ਰ ਨਹੀਂ ਸੀ ਇੰਨਾ ਇੰਨਾ ਜਿਸ ਤਰ੍ਹਾਂ ਐਕਸਪੋਜ਼ਰ ਨਹੀਂ ਸੀ, ਔਰ ਸੋਸ਼ਲ ਸਾਈਟਸ ਵਗੈਰਾ ਦਾ, ਵਟਸਐਪ, ਫੇਸਬੁੱਕ, ਟਵਿੱਟਰ, ਇਹਨਾਂ ਦਾ ਜ਼ਮਾਨਾ ਨਹੀਂ ਸੀ। ਨੰਬਰ 2, ਉਸ ਵੇਲੇ ਨਮਕ ਮਿਰਚ ਤਾਂ ਸੀ, ਪਰ ਨਮਕ ਮਿਰਚ ਲਾਉਣ ਵਾਲਾ ਮੀਡੀਆ ਨਹੀਂ ਸੀ। ਮਾਫ਼ ਕਰਨਾ, ਅਸੀਂ ਸਾਡੇ ਭਾਈਚਾਰੇ ਬਾਰੇ ਵੀ ਕਿੰਤੂ ਪਰੰਤੂ ਕਰ ਰਹੇ ਹਾਂ ਕਿ ਜਿੰਨਾ ਉਕਸਾਉਣਾ ਜੀ, ਉਕਸਾਉਣਾ ਜਿਹੜਾ ਸਾਡੇ ਮੀਡੀਆ ਦੁਆਰਾ ਕੀਤਾ ਜਾਂਦਾ, ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਹੈ। ਨਹੀਂ, ਮੈਂ ਸਭ ਤੋਂ ਪਹਿਲੀ ਜ਼ਿੰਮੇਦਾਰੀ ਜਿਹੜੀ ਮਿੱਥਣੀ ਚਾਹੁੰਦਾ ਉਹ ਹੈ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਦੀ ਜੀ, ਉਹਨਾਂ ਦੇ ਵਾਈਸ ਚਾਂਸਲਰ ਸਾਹਿਬ ਜੀ, ਮਤਲਬ ਜੋ ਕਿ ਉਸ ਸਮੇਂ ਜਦੋਂ ਘਟਨਾਵਾਂ ਹੋ ਰਹੀਆਂ ਨੇ ਉਹ ਕੈਂਪਸ ਦੇ ਵਿੱਚ ਨੇ ਜੀ, ਉਹਨਾਂ ਦਾ ਨਾ ਕੋਈ ਬਿਆਨ ਸ਼ਾਂਤੀ ਲਈ ਆਉਂਦਾ ਹੈ,
मतलब घटो घट एक बयान अपील करो कि यार स्टूडेंट्स हो मेरे स्टूडेंट्स हो तुहानू कोई प्रॉब्लम है मेरे को आओ और टीचर्स ने उत्ते अटैक होया उहदे बारे कोई कंडेमनेशन दा ना रजिस्ट्रार दा ना उत्थे दी कोई सिक्योरिटी अफसर दा और सिक्योरिटी दा बहुत वड्डा हमला फैला है उन्हां दा अपना ये पुलिस नू भी छड़ दिए जी मतलब कोई छोटा मोटा नहीं है हाँ, बहुत बड़ी विश्व की नामचीन यूनिवर्सिटी है जी 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 जिथों विचार धारावां पैदा होंदियां ने जी जी साढ़े चाहे लेफ्ट होण चाहे राइट होण फाइनेंस मिनिस्टर साहिबा साडी जिहड़ी इस समय दी है ओह जेएनयू दी पास आउट ने वाह क्या बात मतलब तुसी देखो मतलब हाँ कोई छोटी जी गल नहीं है लाके और साढ़े बड़े बड़े जर्नलिस्ट साढ़े बड़े आईएएस अफसर ते मिनिस्टर जड़े बड़ा हिस्सा जड़ा जेएनयू दा पास जी 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 सो उस यूनिवर्सिटी दे विच मतलब घटनावां होंदियां असी देख रहे हैं कैमरे दे उत्ते तुसी कहंदे वी लड़ाइयां पहलों भी होंदियां मैं इत्थे एक फर्क करना चाहना जी ये लड़ाइयां इस तरीका दियां जे स्टूडेंट्स दी आम झड़प जिवें अगले दिन हिंदी अखबारां ने दिखाया जा है उस तरह दी होवे ते उसनू टालिया जा सकदा है ਉਹ ਸ਼ਾਇਦ ਜਿਹੜੀਆਂ ਪਹਿਲੇ ਦਿਨ ਦੀਆਂ ਦੁਪਹਿਰ ਤੋਂ ਪਹਿਲਾਂ ਦੀਆਂ ਘਟਨਾਵਾਂ ਸ਼ਾਇਦ ਉਹ ਇਸ ਤਰੀਕੇ ਦੀਆਂ ਹੋਣ ਪਰ ਜਿਹੜਾ ਉਹ ਅਟੈਕ ਹੈ ਵੀ ਮੇਨ ਗੇਟ ਤੋਂ ਬੰਦੇ ਰਾਡਾਂ ਲੈ ਕੇ ਚਿਹਰੇ ਨਕਾਬ ਪਾ ਕੇ 20-25-30 ਬੰਦੇ ਬਿਲਕੁਲ ਬਿਨਾਂ ਕਿਸੇ ਰਜਿਸਟਰੇਸ਼ਨ ਦੇ ਬਿਨਾਂ ਕਿਸੇ ਆਈ ਕਾਰਡ ਦੇ ਔਰ ਜਾਂਦੇ ਨੇ ਵੜ ਕਿਵੇਂ ਗਏ ਉੱਥੇ ਵੜ ਕਿਵੇਂ ਗਏ ਵੜਨ ਤੋਂ ਬਾਅਦ 10-15 ਮਿੰਟ 'ਚ ਨਹੀਂ ਪਰ ਦੌੜੇ ਉਹ 3 ਘੰਟੇ 3.5 ਘੰਟੇ ਪੂਰਾ ਤਸੱਲੀ ਨਾਲ ਆਪਦੀ ਕਾਰਵਾਈ ਕੀਤੀ ਤਸੱਲੀ ਨਾਲ ਕੀਤੀ ਉਹਨਾਂ ਨੇ ਕਾਰਵਾਈ ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਜਦੋਂ ਵਾਪਸ ਜਾਂਦੇ ਦੇਖਦੇ ਆ ਜਦੋਂ ਗੇਟ ਦੇ ਉੱਤੇ ਪੁਲਿਸ ਬਾਹਰ ਖੜੀ ਆ ਹੈ ਨੀ ਜਦੋਂ ਵਾਪਸ ਜਾਂਦੇ ਹੋ ਤੁਸੀਂ ਉਹਨੂੰ ਦੇਖਦੇ ਆ ਤੇ ਉਹ ਕੋਈ ਬਹੁਤ ਕਾਲੀ ਦੇ ਵਿੱਚ ਜਾਂ ਜਿਵੇਂ ਡਰਿਆ ਹੋਇਆ ਬੰਦਾ ਕੋਈ ਚੋਰੀ ਕਰਕੇ ਡਰ ਕੇ ਭੱਜਦਾ ਉਵੇਂ ਨਹੀਂ ਜਾ ਰਹੇ ਉਹ ਆਰਾਮ ਨਾਲ ਜਿਵੇਂ ਕੰਪਨੀ ਬਾਗ ਜਾਂ ਜਿਵੇਂ ਇੰਡੀਆ ਗੇਟ ਟੈਲਨ ਆਏ ਹੋਣ ਯਾਨੀ ਇਹ ਗੱਲ ਕਿਤੇ ਮਨ 'ਚ ਖਦਸ਼ਾ ਪੈਦਾ ਕਰਦੀ ਹੈ ਕਿ ਉਹਨਾਂ ਬੰਦਿਆਂ ਨੂੰ ਪਿੱਛੇੋਂ ਕੋਈ ਇੱਕ ਐਸੀ ਫੋਰਸ ਆ ਜਿਹਨਾਂ ਨੇ ਉਹਨਾਂ ਨੂੰ ਵਾਕਫ ਕੀਤਾ ਕਿ ਭਾਈ ਤੁਸੀਂ ਜਾਓ ਹੱਲਾ ਸ਼ੇਰ ਕਰੋ ਤੁਹਾਨੂੰ ਕੋਈ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਏਗਾ ਅਸੀਂ ਕਹਿ ਸਕਦੇ ਹਾਂ ਕਿ ਸਈਆਂ ਭੈ ਕੁਤਵਾਲ ਆਪਣਾ ਰਕਾ ਹੈਗਾ ਵੀ ਇਦਾਂ ਦੀ ਕੁਝ ਘਟਨਾ ਹਾਂ ਜਿਹੜਾ ਇਹ ਅਵਿਸ਼ਵਾਸ ਪੈਦਾ ਹੋਣਾ ਵੀ ਆਪਣੀ ਸਰਕਾਰ ਦੇ ਪ੍ਰਤੀ ਆਪਣੀ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਆ ਚਾਹੇ ਉਹਦੇ ਅਸੀਂ ਹੱਕ 'ਚ ਵੋਟਾਂ ਪਾਈਆਂ ਜਾਂ ਨਹੀਂ ਪਈਆਂ ਇਹ ਕੁਐਸਚਨ ਨਹੀਂ ਹੈ ਸਵਾਲ ਹੈ ਹੁਣ ਚੁਣੀ ਹੋਈ ਸਰਕਾਰ ਆ ਚੁਣੀ ਸਾਡੀ ਸਰਕਾਰ ਆ ਹਾਂਜੀ ਔਰ ਪੁਲਿਸ ਦਿੱਲੀ ਦੀ ਹੈ ਅਤੇ ਉਹ ਪੁਲਿਸ ਜਿਹੜੀ ਹੈ ਉਹ ਸਾਡੀ ਪੁਲਿਸ ਹੋਣੀ ਚਾਹੀਦੀ ਹੈ ਇੱਕ ਵਿਸ਼ਵਾਸ ਲੋਕਾਂ ਦੇ ਦਰਮਿਆਨ ਜਿਹੜਾ ਹੈ ਸਰਕਾਰ ਦੇ ਪ੍ਰਤੀ ਔਰ ਇਸ ਹੱਦ ਤੱਕ ਨਹੀਂ ਡਿੱਗ ਜਾਣਾ ਚਾਹੀਦਾ ਕਿ ਸਾਨੂੰ ਲੱਗੇ ਵੀ ਅਸੀਂ ਤਾਂ ਹੁਣ ਆਪਣੇ ਮੁਲਕ 'ਚ ਬੇਗਾਨੇ ਹਾਂ ਬਗਾਨੇ ਔਰ ਅਸੀਂ ਜੰਗਲ 'ਚ ਰਹਿ ਰਹੇ ਹਾਂ ਅਸੀਂ ਜੰਗਲ 'ਚ ਰਹਿ ਰਹੇ ਹਾਂ ਸਮਾਜ ਵਿੱਚ ਨਹੀਂ ਰਹਿ ਰਹੇ ਮਤਲਬ ਜਿਹਦਾ ਕੋਈ ਇਹ ਲੱਗੇ ਵੀ ਹਾਕਮ ਪਾਰਟੀ ਦੇ ਨਾਲ ਸੰਬੰਧ ਹੈ ਸਿਰਫ ਉਹੀ ਸਿਕਿਓਰ ਹੈ ਜੀ ਉਹਨਾਂ ਦਾ ਇੱਕ ਦਾਅਵਾ ਹੈ ਜਿਹੜਾ ਬਿਲਕੁਲ ਕਹਿੰਦੇ ਵੀ ਹਾਂ ਜਿਹੜੇ ਲੈਫਟ ਵਾਲਿਆਂ ਨੇ ਅਸੀਂ ਇਹ ਸਾਬਰਮਤੀ ਹੋਸਟਲ ਦੀ ਗੱਲ ਹੈ ਜਿਹੜੀ ਆਪਾਂ ਸ਼ਾਮ ਦੀ ਗੱਲ ਕਰ ਉੱਥੇ ਜੇ ਤੁਸੀਂ ਜਾ ਕੇ ਦੇਖੋ ਇਨਕੁਆਇਰੀ ਕਰਨ ਵਾਲੀ ਗੱਲ ਹੈ ਜਰਨਲਿਸਟਾਂ ਦੇ ਇਹ ਨਹੀਂ ਕਿ ਮੇਰੀ ਗੱਲ ਗਈ ਹੋਈ ਮੰਨ ਲਓ ਵੀ ਸਿਲੈਕਟਡ ਕਮਰੇ ਦੌੜੇ ਗਏ ਨੇ ਵੀ ਉਹ ਸਿਲੈਕਟਡ ਕਮਰੇ ਸਿਲੈਕਟਡ ਸਟੂਡੈਂਟਸ ਔਰਗੇਨਾਈਜੇਸ਼ਨਸ ਦੇ ਬੰਦਿਆਂ ਦੇ ਨੇ ਤੁਸੀਂ ਉਹਨਾਂ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਲੈ ਕੇ ਹਾਂਜੀ ਇਹਦਾ ਮਤਲਬ ਉਹਨਾਂ ਬੰਦਿਆਂ ਨੂੰ ਪਤਾ ਹੈ ਵੀ ਇੱਥੇ ਕੌਣ ਕੌਣ ਰਹਿ ਰਿਹਾ ਔਰ ਕੁਛ ਔਰ ਕਿੰਨੇ ਸਮੇਂ ਤੋਂ ਰਹਿ ਰਹੇ ਆ ਇਹ ਵੀ ਸਵਾਲ ਇਹ ਵੀ ਵੱਡਾ ਸਵਾਲ ਹੈ ਔਰ ਕੁਛ ਕਮਰੇ ਛੱਡੇ ਗਏ ਨੇ ਦੇਖੋ ਸਿਲੈਕਟਡ ਵਾਇਲੈਂਸ ਜਿਹੜੀ ਹੈ ਅੱਛਾ ਚਲੋ ਆਪਾਂ ਇਸ ਨੂੰ ਛੱਡ ਦਈਏ ਉਸ ਤੋਂ ਪਹਿਲਾਂ ਜਿਹੜੇ ਉਹ ਕਹਿੰਦੇ ਆ ਕਿ ਇਹਨਾਂ ਨੇ ਪੇਰੀਆਰ ਹੋਸਟਲ ਦੇ ਉੱਤੇ ਹਮਲਾ ਕੀਤਾ ਜਿਸ 'ਚ ਲੈਫਟ ਦੇ ਬੰਦੇ ਸੀ ਬਿਲਕੁਲ ਕੀਤਾ ਹੋ ਸਕਦਾ ਇਸ ਗੱਲ ਦੀ ਵੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਬੰਦੇ ABVP ਦੇ ਜ਼ਖਮੀ ਹੋਏ ਉਹਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਪਤੀ ਵੀ ਸਾਡੇ ਲਈ ਓਨੀ ਹੀ ਮਨ 'ਚ ਹਮਦਰਦੀ ਹੈ ਬਿਲਕੁਲ ਪਰ ਬਿਲਕੁਲ ਬਿਲਕੁਲ ਓਨੀ ਹੀ ਹੈ ਹਾਂਜੀ ਔਰ ਜਿਹਨਾਂ ਬੰਦਿਆਂ ਨੇ ਉੱਥੇ ਦੇ ਸਰਵਰ ਡਾਊਨ ਕਰਨ ਵਾਸਤੇ ਜੇ ਉਹ ਲੈਫਟ ਔਰਗੇਨਾਈਜੇਸ਼ਨ ਦੇ ਬੰਦੇ ਨੇ ਉਹਨਾਂ ਨੇ ਕੋਈ ਕੰਮ ਕੀਤਾ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਕਾਰਵਾਈ ਹੋਣੀ ਬਿਲਕੁਲ ਤੋੜ ਫੋੜ ਕਰਨੀ ਇੱਕ ਚੱਲ ਰਹੇ ਪ੍ਰੋਸੈਸ ਦੇ ਵਿੱਚ ਇੱਕ ਐਜੂਕੇਸ਼ਨ ਦੇ ਪ੍ਰੋਸੈਸ ਦੇ ਵਿੱਚ ਖਲਲ ਪਾਉਣਾ ਸਿਰਫ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਬਿਲਕੁਲ ਇਹ ਬਿਲਕੁਲ ਗੈਰ ਕਾਨੂੰਨੀ ਗੱਲ ਹੈ ਲੇਕਿਨ ਮੈਂ ਇੱਥੇ ਦੋ ਚੀਜ਼ਾਂ ਕਹਿਣੀ ਪੁਲਿਸ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਜੀ ਹਾਂਜੀ ਉਹਨੇ ਪੇਰੀਆਰ ਹੋਸਟਲ ਦੇ ਵਿੱਚ ਜਿਹੜਾ ਔਰਗੇਨਾਈਜੇਸ਼ਨਸ ਨੇ ਕੁਝ ਗੜਬੜਾਂ ਕੀਤੀਆਂ ਉਹਨਾਂ ਦਾ ਨਾਂ ਲਿਆ ਲੈਣਾ ਚਾਹੀਦਾ ਠੀਕ ਹੈ ਜੀ ਬਿਲਕੁਲ ਕਲੀਅਰ ਕੱਟ ਕੋਈ ਉਹਨਾਂ ਦਾ ਜਿਹਨਾਂ ਨੇ ਉਹ ਸਰਵਰ ਨਾਲ ਛੇੜਖਾਨ ਕੀਤੀ ਉਹ 3-4 ਲੈਫਟ ਦੀਆਂ ਔਰਗੇਨਾਈਜੇਸ਼ਨ ਦਾ ਨਾਂ ਲਿਆ ਬਿਲਕੁਲ ਲੈਣਾ ਚਾਹੀਦਾ ਔਰ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਸ਼ਾਮ ਦੇ ਵੇਲੇ
ਹਾਂ ਜੀ ਜਿਹੜੀ ਉੱਥੇ ਬੰਦੇ ਲੰਘ ਕੇ ਗਏ ਜਿਹੜੀ ਕਿਰਿਆ ਦੀ ਪ੍ਰਤੀਕਿਰਿਆ ਹੋਈ ਜੇ ਇਹਨੂੰ ਐਂ ਮੰਨ ਲਿਆ ਜਾਵੇ ਜੋ ਉਹ ਹੋਇਆ ਉੱਥੇ ਉਹਨਾਂ ਨੇ ਇੱਕ ਵਿਕਾਸ ਪਟੇਲ ਨਾਂ ਦੇ ਬੰਦੇ ਦਾ ਨਾਂ ਲਿਆ ਲੇਕਿਨ ਉਸ ਦੀ ਆਰਗੇਨਾਈਜੇਸ਼ਨ ਦਾ ਨਾਂ ਨਹੀਂ ਲਿਆ ਜਦਕਿ ਐਵਰੀਬਡੀ ਨੋਜ਼ ਕਿ ਉਹ ਬੰਦਾ ਵਾਈਸ ਪ੍ਰੈਜ਼ੀਡੈਂਟ ABVP ਦਾ ਰਿਹਾ ਇਹ ਡਿਸਕ੍ਰਿਮੀਨੇਸ਼ਨ ਅਵਿਸ਼ਵਾਸ ਪੈਦਾ ਜੀ ਇਹ ਇਹ ਜਿਹੜਾ ਵਿਤਕਰਾ ਹੈ ਇਹ ਵਿਤਕਰਾ ਹੈ ਉਹਦਾ ਕਹਿੰਦੇ ਕਿ ਵੀ ਸਰਕਾਰ ਜਿਹੜੀ ਹੈ ਉਹ ਲਾਅ ਐਂਡ ਆਰਡਰ ਦੇ ਉਹਦੇ ਤੌਰ ਤੇ ਨਹੀਂ ਕੰਮ ਕਰ ਰਹੀ ਬਲਰਾਮ ਜੀ ਵੱਡਾ ਸਵਾਲ ਹੈ ਮੰਨ ਲਿਆ ਸਰਕਾਰ ਵੀ ਦੋਸ਼ੀ ਹੈ ਯੂਨੀਵਰਸਿਟੀ ਪ੍ਰਬੰਧਨ ਵੀ ਦੋਸ਼ੀ ਹੈ ਸਾਰੇ ਦੋਸ਼ੀ ਨੇ ਇਸ ਘਟਨਾ ਦੇ ਲਈ ਪਰ ਕੀ ਉਹ ਗੁੰਡਾਗਰਦੀ ਕਰਨ ਵਾਲੇ ਉਹ ਵਿਦਿਆਰਥੀ ਦੋਸ਼ੀ ਨਹੀਂ ਬਿਲਕੁਲ ਦੋਸ਼ੀ ਨੇ ਸਰ ਜਿਹੜੇ ਬਾਹਰ ਤੋਂ ਵੀ ਜਿਹੜੇ ਜੇ ਐਂਡ ਦੇ ਆਪਣੇ JNU ਦੇ ਪਾਸ ਆਊਟ ਨੇ ਜਿਹੜੇ JNU ਨੂੰ ਛੱਡ ਕੇ ਵੀ ਚਲੇ ਗਏ ਨੇ ਫਿਰ ਦੁਬਾਰਾ ਐਂਟਰੀ ਕਰਦੇ ਨੇ ਰੀਐਂਟਰੀ ਕਰਦੇ ਨੇ ਵਾਰ ਵਾਰ ਔਰ ਕਈ ਲੋਕ ਤਾਂ ਇਹ ਵੀ ਦੱਸਿਆ ਜਾਂਦਾ ਕਿ ਲੰਬੇ ਸਮੇਂ ਤੋਂ ਫੇਲ ਹੋ ਕੇ ਜਾਣ ਬੁੱਝ ਕੇ ਉੱਥੇ ਫੇਲ ਹੁੰਦੇ ਨੇ ਤਾਂ ਜੋ ਉੱਥੋਂ ਦੀ ਆਬੋ ਹਵਾ ਉੱਥੋਂ ਦੀਆਂ ਸਹੂਲਤਾਂ ਦਾ ਆਨੰਦ ਲੈ ਸਕਣ ਸਰ ਇਹ ਜਿਹੜੇ JNU ਨੂੰ ਜਾਣਨ ਵਾਲੇ ਬੰਦੇ ਨੇ ਜੀ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਪਰ ਇਹ ਜੇ ਤੁਸੀਂ ਇਨਕੁਆਇਰੀ ਕਰੋ ਮਤਲਬ ਜੋ ਟੋਟਲ ਕੰਪੋਜੀਸ਼ਨ ਹੈ ਉਹਨਾਂ ਦੀ ਹਾਂਜੀ ਉਹਦਾ ਮਤਲਬ ਜਿਹੜੇ PhD ਵਾਲੇ ਸਟੂਡੈਂਟ ਨੇ ਜੀ ਹਾਂਜੀ ਉਹ ਟੋਟਲ ਉਸ ਯੂਨੀਵਰਸਿਟੀ ਦਾ 60% ਹੋਏ ਜੀ ਔਰ ਜਿਹੜੇ ਮਾਸਟਰ ਵਾਲੇ ਉਹ ਬੰਦੇ ਨੇ ਉਹਨਾਂ ਦਾ 50-60% ਜਿਹੜੇ ਨੇ ਔਰ 30% ਦੇ ਕਰੀਬ ਜਿਹੜੇ ਆ ਉਹ ਮਾਸਟਰਸ ਵਾਲੇ ਬੰਦੇ ਨੇ ਮਾਸਟਰ ਵਾਲੇ ਹੈ ਨਹੀਂ ਔਰ ਜਿਹੜੇ BA ਵਾਲੇ ਬੰਦੇ ਨੇ ਜਾਂ ਉਹ ਬਹੁਤ ਹੀ ਘੱਟ ਉਹਨਾਂ ਦੀ ਤਾਦਾਦ ਦੇ ਜਿਹੜੀ PhD ਹੈ ਸੋ PhD ਦਾ ਸਮਾਂ ਜਿਵੇਂ ਮਾਸਟਰ ਡਿਗਰੀ ਦਾ ਸਮਾਂ ਜਾਂ BA ਦਾ ਸਮਾਂ ਹੁੰਦਾ ਉਸ ਤਰੀਕੇ ਦਾ ਉਹ ਫਿਕਸ ਨਹੀਂ ਹੈ ਮਤਲਬ PhD ਤੁਸੀਂ 12 ਸਾਲ 'ਚ ਵੀ ਕਰ ਸਕਦੇ ਹੋ ਜੇ ਰੂੜੀ ਦੀ ਸੁਣੀ ਜਾਵੇ ਤੇ ਜੇ ਤੁਸੀਂ ਔਰ ਦੇਖੋ ਮਤਲਬ ਇੱਕ ਖਾਸ ਤਰੀਕੇ ਦਾ ਕੌਨਸ਼ੀਅਸਲੀ ਡਿਜ਼ਾਈਨ ਕੀਤਾ ਹੋਇਆ ਪ੍ਰੋਪਾਗੰਡਾ ਆਪਣੀ ਹੀ ਇੱਕ ਯੂਨੀਵਰਸਿਟੀ ਦੇ ਖਿਲਾਫ JNU ਦੇ ਖਿਲਾਫ ਅੱਜ ਤੋਂ ਨਹੀਂ ਜੇ ਮੈਂ ਤੁਹਾਨੂੰ ਬਹੁਤ ਪਿੱਛੇ ਲੈ ਕੇ ਜਾਵਾਂ ਫਸਟ ਟਾਈਮ 79 ਦੇ ਵਿੱਚ ਇਹਨਾਂ ਕੁਛ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਹੁਣ ABVP ਤੋਂ ਬਾਅਦ 'ਚ ਬਣੀਆਂ ਲੈ ਹਾਂਜੀ ਇਹਨਾਂ ਨੇ JNU ਦੇ ਲਿਖੇ ਹੋਏ ਪ੍ਰੋਫੈਸਰਾਂ ਦੀਆਂ ਕਿਤਾਬਾਂ ਜਿਹਨਾਂ 'ਚੋਂ ਬਿਪਨ ਚੰਦਰ ਰਵੀਲਾ ਥਾਪਰ ਇਹ ਸਾਰੇ ਹੁਣ ਸੀ ਵੀ ਕਿਤਾਬਾਂ ਸਾਰੀਆਂ ਸੋ ਮਤਲਬ JNU ਦੇ ਖਿਲਾਫ ਇੱਕ ਡਿਸਕ੍ਰਿਮੀਨੇਸ਼ਨ ਮਨ ਦੇ ਵਿੱਚ ਇਹ ਲੈ ਗਏ ਕਿਉਂਕਿ ਉਹਨਾਂ ਦਾ ਇੱਕ ਇੰਟਲੈਕਚੁਅਲ ਦੁਨੀਆ ਦੇ ਲੈਵਲ ਦੇ ਉੱਤੇ ਇੱਕ ਬੌਧਿਕ ਜਲਵਾ ਜਿਹੜਾ ਹੈ ਬੌਧਿਕ ਜਲਵਾ ਉਹਦਾ ਜਵਾਬ ਤੁਸੀਂ ਬੌਧਿਕ ਜਲਵੇ ਦੇ ਨਾਂ ਦੇ ਉੱਤੇ ਦੇਣ ਦੀ ਬਜਾਏ ਵੀ ਜੇ ਤੁਹਾਨੂੰ ਲੱਗਦਾ ਬਿਪਨ ਚੰਦਰ ਦੀ ਕਿਤਾਬ ਗਲਤ ਹੈ ਰਮੀਲਾ ਥਾਪਰ ਦੀ ਕਿਤਾਬ ਗਲਤ ਹੈ ਤੁਸੀਂ ਉਹਦੇ ਪੈਰਲਲ ਲਿਖੋ ਉਹਨੂੰ ਕੰਟਰਡਿਕਟ ਕਰੋ ਉਹਦਾ ਜਵਾਬ ਦਿਓ ਹਨਾ ਉਹਦੇ ਫੈਕਟਸ ਦੇ ਪੈਰਲਲ ਆਪਣੇ ਫੈਕਟਸ ਰੱਖੋ ਯੈਸ ਤੁਸੀਂ ਕਹੋਗੇ ਅਸੀਂ ਪੈਰਲਲ ਨਹੀਂ ਲਿਖਾਂਗੇ ਜੀ ਅਸੀਂ ਜਲਾਵਾਂਗੇ ਅਸੀਂ ਸਾੜਾਂਗੇ ਇਹ ਉਹਦਾ ਕੰਮ ਹੈ ਜਿਹੜੇ ਹਮਲਾਵਰ ਆਉਂਦੇ ਸੀ ਨਾ ਲਾਇਬ੍ਰੇਰੀਆਂ ਸਾੜਦੇ ਸੀਗੇ ਜਿਹੜੇ ਸਿਕੰਦਰੀਆ ਜਿਹੜੇ ਕਹਿੰਦੇ ਸੀ ਕਿ ਜੇ ਇਤਿਹਾਸ ਖਤਮ ਕਰ ਦਿਓ